ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਜਿੱਤੇ ਕਿ ਮਿਨਿਸਟਰੀ ਸਟਾਫ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਹੇ ਸਨ ਅਤੇ ਉਹਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਸੀ ਉਹਨਾਂ ਨੂੰ ਸਰਕਾਰ ਨੇ ਅਣਗੌੜਿਆ ਕੀਤਾ ਸੀ ਕੱਲ ਇਹਨਾਂ ਦੀ ਮੀਟਿੰਗ ਹੋਈ ਹੈਗੀ ਪਰ ਉਸ ਵਿੱਚ ਕੁਝ ਮੰਗਾਂ ਮੰਨੀਆਂ ਵੀ ਗਈਆਂ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੇ ਅਤੇ ਪੂਰਨ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਸਾਡਾ ਧਰਨਾ ਪ੍ਰਦਰਸ਼ਨ ਉਸ ਟਾਈਮ ਤੱਕ ਜਾਰੀ ਰਹੂਗਾ ਅੱਜ ਫਿਰ ਇਹਨਾਂ ਵੱਲੋਂ ਤੁਸੀਂ ਦੇਖ ਰਹੇ ਹੋ ਵੀ ਰੋਸ ਮਾਰਚ ਵੀ ਕੀਤਾ ਗਿਆ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏਗੇ ਸਾਡੇ ਨਾਲ ਉਸ ਮੁਲਾਜ਼ਮ ਆਗੂ ਜੋੜਿਆ ਗਿਆ ਆਪਾਂ ਉਹਨਾਂ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰਾਜਵੀਰ ਸਿੰਘ ਜੀ ਅੱਜ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਫੇਰ ਧਰਨਾ ਪ੍ਰਦਰਸ਼ਨ ਕੀਤਾ ਜੀ ਇਹਦੇ ਵਿੱਚ ਜੀ ਸਾਡੀ ਕੱਲ ਸਾਂਝੇ ਫਰੰਟ ਦੀ ਮੀਟਿੰਗ ਸੀਗੀ ਉਹਦੇ ਵਿੱਚ ਸਾਡੇ ਜਨਸ਼ਕਤਰ ਮਨਪ੍ਰੀਤ ਸਿੰਘ ਸਿੱਧੂ ਉਹਨਾਂ ਨੇ ਭਾਗ ਲਿਆ ਸੀਗਾ ਸੀਐਮ ਸਾਹਿਬ ਨੇ ਮੀਟਿੰਗ ਕਰੀ ਸੀਗੀ ਉਹਦੇ ਵਿੱਚ ਸਾਡੇ ਜਿਹੜੇ ਇੱਕ ਇੱਕ 16 ਤੋਂ ਬੱਚੇ ਬਾਅਦ ਚ ਭਰਤੀ ਹੋਏ ਆ ਗਏ ਉਹਨਾਂ ਨੂੰ 15% ਦਾ ਮਤਲਬ ਉਹਨਾਂ ਨੇ ਐਲਾਨ ਕੀਤਾਗਾ ਇਸ ਗੱਲ ਦੀ ਅਸੀਂ ਖੁਸ਼ੀ ਵੀ ਮਨਾਉਣੇ ਆਗੇ ਪਰ ਉਹਨਾਂ ਦਾ ਐਲਾਨ ਕਈ ਵਾਰੀ ਐਲਾਨ ਹੀ ਰਹਿ ਜਾਂਦੇ ਆ ਅਸੀਂ ਜਿੰਨਾ ਚਿਕ ਨੋਟੀਫਿਕੇਸ਼ਨ ਨਹੀਂ ਹੁੰਦਾਗਾ ਉਹਨਾਂ ਚਿਕ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ ਇੱਕ ਉਹਨਾਂ ਨੇ ਸਾਡਾ ਡੀਏ ਆ ਜਿਹੜਾ 17% ਸੀਗਾ ਉਹ 11% ਵਧਾਤਾ 28% ਕੀਤਾਗਾ ਪਰ ਸਾਡੀਆਂ ਜਿਹੜੀਆਂ ਬਹੁਤ ਮੰਗਾਂ ਜਿਹੜੀਆਂ ਹੈਗੀਆਂ ਇੱਕ ਇੱਕ ਚਾਰ ਤੋਂ ਪੈਨਸ਼ਨ ਜਿਹੜੇ ਸਾਡੇ ਸਾਰਿਆਂ ਨੂੰ ਪੈਨਸ਼ਨ ਜਿਹੜੇ ਉਹ ਤੋਂ ਬਾਅਦ ਚ ਭਰਤੀ ਹੋਇਆ ਉਹਨਾਂ ਦੀ ਪੈਨਸ਼ਨ ਜਰੂਰੀ ਆਗੀ ਇੱਕ ਸਾਡੇ ਹੋਰ ਸਿੱਖਿਆ ਵਿਭਾਗ ਚ ਉਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਜਿਹੜੇ ਸਿੱਖਿਆ ਵਿਭਾਗ ਚ ਕਲਰਕ ਲੱਗੇ ਨੇ ਉਹਨਾਂ ਨੂੰ ਇੱਕ ਇੱਕ ਬੰਦੇ ਨੂੰ ਤਿੰਨ ਤਿੰਨ ਸਕੂਲ ਦਿੱਤੇ ਜਾ ਰਹੇ ਨੇ ਕਿਤੇ ਤਾਂ ਉਸ ਡੀ.ਓ ਦਾ ਫੋਨ ਆ ਜਾਂਦਾ ਵੀ ਇੱਧਰ ਆ ਜਾ ਤੂੰ ਕਿਸੇ ਉਸ ਡੀ.ਓ ਦਾ ਇੱਧਰ ਆ ਜਾਂਦਾ ਇਹਦੇ ਵਿੱਚ ਇੱਕ ਵਾਰੀ ਸਾਡੇ ਮੁਲਾਜ਼ਮ ਕਲਰਕ ਦੀ ਡੈਥ ਵੀ ਹੋ ਗਈ ਉਹ ਉਹਨੂੰ ਕਹਿੰਦੇ ਸੀ ਵੀ ਇੱਧਰ ਆ ਜਾਓ ਇੱਧਰ ਆ ਜਾਓ ਇਹ ਗੱਲ ਦੀ ਅਸੀਂ ਨਖੇਦੀ ਕਰਦੇ ਆ ਵੀ ਸਾਨੂੰ ਇਹ ਮਤਲਬ ਵੀ ਜਿਹੜਾ ਇੱਕ ਬੰਦਾ ਹੈਗਾ ਜਿਹੜਾ ਵੀ ਕਲਰਕ ਲੱਗਿਆ ਇੱਕ ਸਕੂਲ ਚ ਲੱਗਿਆ ਉਹ ਇੱਕ ਸਕੂਲ ਚ ਲੱਗਿਆ ਹੋਣਾ ਚਾਹੀਦਾਗਾ ਜਿਵੇਂ ਸਰਕਾਰ ਨੇ ਤਾਂ ਵਾਅਦੇ ਪਹਿਲਾਂ ਵੀ ਕੀਤੇ ਸੀ 2017 14 ਤੋਂ ਪਹਿਲਾਂ ਵੀ ਕੀਤੇ ਸੀ ਉਹ ਵੀ ਪੂਰੇ ਨਿਓ ਕੀ ਸੋਨੋ ਲੱਗਦਾ ਵੀ ਜਿਹੜਾ ਹੁਣ ਛੋੜੇ ਨੇ ਵਾਦਾ ਕਰ ਲਿਆ ਵੀ ਇਹ ਪੂਰਾ ਹੋ ਜਾਊਗਾ ਏਸੀ ਗੱਲ ਦੀ ਅਸੀਂ ਮਤਲਬ ਨਾ ਪੈਨਡੌਨ ਸਟ੍ਰੈਕ ਚੱਲ ਰਹੀ ਆ ਏਸੀ ਗੱਲ ਦੀ ਅਸੀਂ ਵਾਪਸ ਨਹੀਂ ਲੈ ਰਹੇਗੇ ਜਿੰਨਾ ਚਿਰ ਨੋਟੀਫਿਕੇਸ਼ਨ ਨਹੀਂ ਹੁੰਦਾਗਾ ਸਾਨੂੰ ਡਰਾ ਇਹਨਾਂ ਦਾ ਵੀ ਇਹ ਕਿਉਂਕਿ ਇਹਨਾਂ ਨੇ 8 8ਵੇਂ ਮਹੀਨੇ ਨਾਲ ਸਾਨੂੰ ਬ੍ਰਹਮਦਰਜਨ ਨਾਲ ਮੀਟਿੰਗ ਹੋਈ ਸੀਗੀ ਉਹ ਕਹਿੰਦੇ ਵੀ ਤੁਹਾਡਾ 10 ਦਿਨਾਂ ਅੰਚ ਅਸੀਂ ਨੋਟੀਫਿਕੇਸ਼ਨ ਕਰ ਦਿੰਨੇ ਆ 15% ਵਾਲਾ ਤੇ ਜਿਹੜਾ ਇਹਨਾਂ ਨੇ 2 ਮਹੀਨੇ ਲਾਤੇ ਜੇ ਹੁਣ ਇਹਨੇ 2 ਮਹੀਨੇ ਲਾਉਂਦੇ ਆਗੇ ਤੇ ਉਦੋਂ ਤਾਂ ਚੋਣ ਜਾਬਤਾ ਲੱਗ ਜਾਊਗਾ ਇਸ ਕਰਕੇ ਅਸੀਂ ਜਿਹੜਾ ਇਹ ਮਤਲਬ ਰੈਗੂਲਰ ਇਹ ਧਰਨਾ ਜਿਹੜਾ ਇਹ ਚੱਲ ਚਾਲੂ ਰਹੂਗਾ ਪੈਂਡਾਉਣ ਚਾਲੂ ਰਹੂਗੀ ਸਾਡੀ ਇੱਕ ਹੋਰ ਵੀ ਸਾਡੇ ਜਿਹੜੇ 15 ਇੱਕ 15 ਦੇ ਮਤਲਬ ਲੈਟਰ ਜਾਰੀ ਕਰਾਇਆ ਸੀਗਾ ਉਹਦੇ ਵਿੱਚ ਸੀਗਾ ਸਾਡੇ ਜਿਹੜੇ ਬੱਚਾ ਨੂੰ ਭਰਤੀ ਕਰਦੇ ਆ ਉਹਦੇ ਦੋ ਦੋ ਇਨਕਰੀਮੈਂਟ ਨਹੀਂ ਮਿਲਦਾ ਦੋ ਦੋ ਸਾਲ ਦਾ ਪਰਮਿਸ਼ਨ ਪੀਰੀਅਡ ਹੁੰਦਾ ਉਹ ਅਸੀਂ ਮੰਗ ਕਰਦੇ ਆ ਵੀ ਉਹ ਸਾਡਾ ਖਤਮ ਕੀਤਾ ਜਾਵੇ ਪਿਛਲੇ ਦਿਨ ਤੁਸੀਂ ਕਹਿ ਸੀਗਾ ਵੀ ਜੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੇ ਅਸੀਂ ਕਾਰਡਿੰਗ ਦੀ ਦਵਾਲੀ ਬਣਾਵਾਂਗੇ ਸ਼ਰਚ ਕਾਲੀਆਂ ਚੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਾਂਗੇ ਉਹ ਹੁਣ ਹੋਊਗਾ ਕਿ ਉਹ ਰਿਜੈਕਟ ਕਰ ਨਹੀਂ ਉਹ ਕੱਲ ਸਾਡਾ ਜੋ ਜੋ ਸਾਡੀ ਸਟੇਟ ਬਾਡੀ ਦਿੰਦੀ ਆ ਸਾਨੂੰ ਸਾਂਝੇ ਮਨਚ ਵੱਲੋਂ ਉਹ ਕੱਲ ਨੂੰ ਅਸੀਂ ਇੱਥੇ ਇਕੱਠੇ ਹੋਵਾਂਗੇ ਤੇ ਇੱਥੇ ਅਸੀਂ ਇੱਥੇ ਮਨਪ੍ਰੀਤ ਬਾਦਲ ਦਾ ਸਾਂਝੇ ਮਨਚ ਵੱਲੋਂ ਸਾਂਝੇ ਫਰੰਟ ਵੱਲੋਂ ਇੱਥੋਂ ਅਸੀਂ ਅਰਤੀ ਫੂਕਾਂਗੇ ਅਸੀਂ ਉਹਨਾਂ ਦੀ ਇਹ ਸਨ ਮੁਲਾਜ਼ਮ ਆਗੂ ਜਿਨ੍ਹਾਂ ਦਾ ਕਹਿਣਾ ਕਿ ਕੱਲ ਜਿਹੜੀ ਸਾਡੀ ਮੀਟਿੰਗ ਹੋਈ ਸੀਗੀ ਉਸ ਵਿੱਚ ਸਾਡੀਆਂ ਕੁਝ ਮੰਗਾ ਮੰਨੀਆਂ ਗਈਆਂ ਸਨ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਸਾਡੇ ਪੈਨਡੌਨ ਸਟ੍ਰੈਕ ਜਿਹੜੇ ਇਸ ਤਰ੍ਹਾਂ ਹੀ ਜਾਰੀ ਰਹੂਗੇ ਅਤੇ ਕੱਲ ਨੂੰ ਅਸੀਂ ਪੰਜਾਬ ਸਰਕਾਰ ਦਾ ਪਤਲਾ ਵੀ ਭੂਕਾਂਗੇ ਬਠਿੰਡਾ ਤੋਂ ਜੀਟੀਵੀ ਲਈ ਨਰਸਿੰਘ ਸਿੰਘ ਸਿੱਧੂ ਦੀ ਰਿਪੋਰਟ